ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਰਿਵਿਊ ਕਰਾਂਗੇ ਜੀ ਨਿਊਰਨ 3630 ਦਾ। ਵਿਖਾਉਣੇ ਆ ਜੀ ਇਹਦੇ ਵਿੱਚ ਪਹਿਲਾਂ ਨਾਲੋਂ ਕੀ ਚੇਂਜ ਹੈ ਜੀ। ਅਤੇ ਸਾਰੀ ਵੀਡੀਓ ਨੂੰ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਦੇ ਆਈਕਨ ਦਬਾਓ। ਹੁਣ ਜੀ ਪਹਿਲਾਂ ਪੰਪ ਦੇ ਹੀਟ ਆਉਂਦੀ ਹੁੰਦੀ ਸੀ ਉਹ ਖਤਮ ਕਰਤੀ ਹੈ ਜੀ। ਆਹ ਵੇਖੋ ਹੁਣ ਸਾਫ਼ ਬਾਡੀ ਦਿਸਦੀ ਸਾਹਮਣੇ। ਪਹਿਲਾਂ ਹੀਟ ਆਉਂਦੀ ਹੁੰਦੀ ਸੀ ਅਤੇ ਸਾਈਡ ਵਾਲੀ ਗਰਿੱਲ ਵੀ ਚੇਂਜ ਕਰਤੀ ਹੈ ਜੀ। ਥੋੜ੍ਹੀ ਜੀ ਬੈਕ ਟਾਇਰ ਦਾ ਸਾਈਜ਼ ਉਹ ਵੀ ਹੈ ਜੀ 16x28 ਦਾ। ਅਤੇ ਪਿੱਛੇ ਵਾਲਾ ਵੀ ਕੋਈ ਜ਼ਿਆਦਾ ਚੇਂਜ ਨਹੀਂ ਕੀਤਾ ਜੀ, ਉਵੇਂ ਹੀ ਆ। ਟਰੈਕਟਰ ਡਬਲ ਡਿਸਟ੍ਰੀਬਿਊਟਰ ਆਉਂਦਾ ਜੀ ਟਰੈਕਟਰ ਨੂੰ, ਵਿਦ ਕਨੋਪੀ ਵੀ ਲੱਗੀ ਕੰਪਲੀਟ। ਪੀਟੀਓ ਥੋੜ੍ਹੀ ਜਿਹੀ ਚੇਂਜ ਕੀਤੀ ਹੈ ਜੀ, ਡਬਲ ਡਿਸਟ੍ਰੀਬਿਊਟਰ ਲੱਗਾ ਹੋਇਆ ਜੀ ਟਰੈਕਟਰ ਨੂੰ ਕੰਪਨੀ ਵੱਲੋਂ ਫਿੱਟ ਆਉਂਦਾ, ਤੁਸੀਂ ਵੇਖ ਸਕਦੇ ਹੋ। ਟੋਪਲਿੰਗ ਸਾਈਜ਼ ਵੀ ਉਹੀ ਹੈ ਜੀ। ਰਿਡਕਸ਼ਨ 'ਚ ਵੀ ਕੁਛ ਨਹੀਂ ਚੇਂਜ ਕੀਤਾ ਜੀ, ਉਸ ਤਰ੍ਹਾਂ ਹੀ ਰਿਡਕਸ਼ਨ ਸਾਈਜ਼ ਜੀ। ਅਤੇ ਫਰੰਟ ਤੋਂ ਵਿਖਾਉਣੇ ਆ ਜੀ ਤੁਹਾਨੂੰ, ਡਬਲ ਕਲਚ ਦੇ ਵਿੱਚ ਟਰੈਕਟਰ ਆਉਂਦਾ ਹੈ ਜੀ। ਆਹ ਪੀਟੀ ਵਾਲਾ ਕਲਚ ਲੀਵਰ ਹੈ ਜੀ, ਹਾਈ ਲੋ ਮੀਡੀਅਮ ਦੇ ਵਿੱਚ ਟਰੈਕਟਰ ਹੈ ਜੀ। ਦੂਸਰੀ ਸਾਈਡ ਗੇਅਰ ਵੀ ਵਿਖਾਉਣੇ ਆ, ਪਹਿਲਾ ਦੂਜਾ ਤੀਜਾ ਚੌਥਾ ਅਤੇ ਬੈਕ। ਸਪੀਡੋਮੀਟਰ ਦਾ ਚੇਂਜ ਕੀਤਾ ਹੈ ਜੀ। ਇੰਸਟਰੂਮੈਂਟ ਕਲਸਟਰ ਦਾ ਬਹੁਤ ਵਧੀਆ ਡਿਜ਼ਾਇਨ ਹੈ ਜੀ, ਸਾਰੇ ਆਪਾਂ ਨੂੰ ਇੰਡੀਕੇਟਰ ਵਗੈਰਾ ਵਿੱਚ ਦਿੱਤੇ ਗਏ ਨੇ। ਸਲੈਂਸਰ ਵੀ ਪਹਿਲਾਂ ਨੂੰ ਥੋੜ੍ਹਾ ਜਿਹਾ ਚੇਂਜ ਕੀਤਾ ਹੈ ਜੀ, ਨਿਊਲਡ ਦਾ ਲੋਗੋ ਸਟੇਅਰਿੰਗ ਵੀਲ ਦੇ ਵਿੱਚ। ਬਹੁਤ ਸੋਹਣਾ ਟਰੈਕਟਰ ਹੈ ਜੀ, 12+3 UG ਸਪੀਡ ਦੇ ਵਿੱਚ, ਨਿਊਲਡ ਸਪੈਸ਼ਲ ਐਡੀਸ਼ਨ, 3630 TX ਪਲੱਸ ਮਾਡਲ ਹੈ ਜੀ। ਅਤੇ ਇਸ ਦਾ ਜਿਹੜਾ ਫਿਲਟਰ ਹੈ ਜੀ, ਇਹ ਮਗਲੈਲ ਫਿਲਟਰ ਓਇਲ ਫਿਲਟਰ, ਇਸ ਦਾ ਸਾਈਜ਼ ਥੋੜ੍ਹਾ ਛੋਟਾ ਕੀਤਾ ਗਿਆ ਜੀ। ਅਤੇ ਸਾਈਡ ਵਾਲੀ ਗਰਿੱਲ ਵੇਖ ਲਓ, ਉਹ ਸਾਫ਼ ਬਣਾ ਦਿੱਤੀ ਜੀ। 7x16 ਦੇ ਫਰੰਟ ਟਾਇਰ ਨੇ, ਰਿਮ ਵੀ ਅਗਲਾ ਕੱਟ ਵਾਲਾ ਕਰਤਾ ਜੀ, ਪਹਿਲਾਂ ਜਿਹੜੀ ਜੰਗਾਲ ਪੈਣ ਦੀ ਸਮੱਸਿਆ ਸੀ ਉਹ ਵੀ ਖਤਮ ਹੋ ਗਈ। ਫਰੰਟ ਤੋਂ ਲੋਗੋ ਵੇਖੋ ਜੀ, ਨਿਊਲੈਂਡ 3630 ਦਾ। ਏਅਰ ਕਲੀਨਰ ਦਾ ਸਾਈਜ਼ ਵੀ ਥੋੜ੍ਹਾ ਛੋਟਾ ਕੀਤਾ ਗਿਆ। ਹੁਣ ਤੁਹਾਨੂੰ ਸ਼ੋ ਖੋਲ ਕੇ ਵਿਖਾਵਾਂਗੇ। ਟਰਬੋ ਲੱਗੀ ਹੋਈ ਜੀ ਟਰੈਕਟਰ ਨੂੰ, ਤੁਸੀਂ ਦੇਖ ਸਕਦੇ ਹੋ। ਪਾਵਰ ਸਟੇਅਰਿੰਗ ਦਾ ਆਇਲ ਵਿਦ ਇੰਟਰਕੂਲਰ ਲੱਗਾ ਹੁੰਦਾ ਜੀ ਟਰੈਕਟਰ ਨੂੰ। ਪਾਵਰ ਸਟੇਅਰਿੰਗ ਵਾਲੀ ਟੈਂਕੀ, ਬਹੁਤ ਸੋਹਣਾ ਡਿਜ਼ਾਇਨ ਹੈ ਜੀ ਟਰੈਕਟਰ ਦਾ। ਉਹ ਸੈਂਸਰ ਲੱਗਾ ਹੋਇਆ ਜੀ ਏਅਰ ਕਲੀਨਰ ਵਾਲਾ। ਵੇਖੋ ਜੀ ਵਾਟਰ ਸਪਰੇਟਰ ਦਾ ਸਾਈਜ਼ ਵੀ ਬਦਲਿਆ ਜੀ, ਥੋੜ੍ਹਾ ਜਿਹਾ ਡਿਜ਼ਾਇਨ ਚੇਂਜ ਕੀਤਾ। ਟਰੈਕਟਰ ਦੀ ਸਟਾਰਟਿੰਗ ਵੀ ਤੁਹਾਨੂੰ ਵਿਖਾਉਣੀ ਹੈ ਜੀ, ਸਟਾਰਟਿੰਗ ਸੈਲਫ ਵੀ ਬਹੁਤ ਵਧੀਆ ਕੀਤਾ ਜੀ ਨਿਊ ਮਾਡਲ 'ਚ, ਜ਼ਿਆਦਾ ਚੱਕਰਾਂ ਵਾਲਾ